ਸਾਹਿਬ ਦੱਸੋ ਤੁਹਾਡੇ ਇਲਾਕੇ 'ਚ ਅੱਗ ਲੱਗੀ ਵੀ ਕਿਆ ਚੱਕਰ ਹੈ ਜੀ ਕੂੜੇ ਡੰਪ ਨੂੰ? ਇਹ ਜਿਹੜਾ ਡੰਪ ਹੈ ਡੰਪ BBMB ਦਾ ਜੀ, ਇਹ ਸਾਡੇ ਵਾਰਡ ਦੇ ਬਿਲਕੁਲ ਸਾਹਮਣੇ ਨਹਿਰ ਦੇ ਪਾਰ ਹੈ ਜੀ। ਪਿਛਲੇ 18 ਦਿਨ ਤੋਂ ਇੱਥੇ ਅੱਗ ਲੱਗੀ ਵੀ ਜਿਹਨਾਂ ਦੇਖੋ ਤੁਸੀਂ ਧੂੰਆਂ ਕਿੰਨਾ ਹੋ ਰਿਹਾ, ਲੋਕਾਂ ਨੂੰ ਪ੍ਰੋਬਲਮ ਆ ਰਹੀ, ਬੱਚੇ ਬਿਮਾਰ ਹੋ ਰਹੇ। ਆਪਾਂ ਸਭ ਨੇ ਮਿਲ ਕੇ ਪਹਿਲਾਂ ਪ੍ਰਯਾਸ ਕੀਤਾ ਇਹਦਾ, ਇੱਥੇ BBMB ਬੰਦੇ ਵੀ ਆਏ ਅਤੇ ਉਹਨਾਂ ਨੂੰ ਆਪਾਂ ਕਿਹਾ ਕਿ ਤੁਸੀਂ ਇੰਨਾ ਪਾਣੀ ਨਾਲ ਅੱਗ ਨਹੀਂ ਬੁਝਣੀ, ਕਿ ਤੁਸੀਂ ਇਹ ਢਾਹ ਨਾ ਜੇਬ ਸੀ ਨਾ ਇਹਦੀ ਭਾਵ ਕਰ ਦਿਉ ਤਾਂ ਠੀਕ ਹੋ ਜਾਣਾ। ਉਹਨੇ ਸਾਨੂੰ ਵਿਸ਼ਵਾਸ ਨਹੀਂ ਦਿੱਤਾ ਉਸ ਦਿਨ, ਸਾਰੇ ਮੇਰੇ ਨਾਲ ਤੋਂ ਉਸ ਦਿਨ ਕਿ ਆਪਾਂ ਇਹ ਕੱਲ੍ਹ ਤੋਂ ਕੰਮ ਸਟਾਰਟ ਕਰ ਦੇਣਾ, ਪਰ ਉਹਦੇ 5 ਦਿਨ ਹੋ ਗਏ, 5 ਦਿਨ ਬਾਅਦ ਕੋਈ ਨਹੀਂ ਆਇਆ। ਉਹਦੇ ਭਾਅ ਜੀ ਫਿਰ ਧੂੰਆਂ ਹੋ ਰਿਹਾ, ਕਿ ਆ ਫਿਰ ਕੋਈ ਨੁਕਸਾਨ ਹੋ ਗਿਆ, ਰਾਤ ਨੂੰ ਸੌ ਨਹੀਂ ਹੁੰਦਾ ਜੀ ਲੋਕਾਂ ਦੇ, ਕੂਲਰ ਚਲਾਉਣ ਕੂਲਰ ਦੇ ਅੰਦਰ ਸਾਹ ਘੁੱਟਾ ਮਹਿਸੂਸ ਹੋ ਰਹੀ ਹੈ। ਬਾਲੀ ਸਾਹਿਬ ਤੁਸੀਂ MC ਹੋ, ਜੇ BBMB ਨਹੀਂ ਕਰਦੀ ਹਾਂਜੀ, ਤੁਸੀਂ ਇਹਨਾਂ ਲੋਕਾਂ ਤੋਂ ਬੂਟਾ ਲੈਵੇਗਾ? ਕੌਂਸਲ ਵੱਲ ਤਾਂ ਕੋਈ ਉਪਰਾਲਾ ਨਹੀਂ ਕੀਤਾ ਸਕਦੇ ਸਖਤ ਬੁਝਾਉਣ ਦਾ? ਮੈਂ ਅਸੀਂ ਪਹਿਲਾਂ ਤਾਂ ਇਹ ਨਹੀਂ ਕਿਹਾ ਕੋਈ ਫੋਟੋ ਬੁਝਾਤਾ, ਆਪਾਂ ਲੈਟ ਪੈ ਲਿਖ ਕੇ BBMB ਨੂੰ ਚੀਫ ਨੂੰ ਦੇ ਕੇ ਆਵਾਂਗੇ, ਸਪੈਲ ਦੇ ਕੇ ਆਵਾਂਗੇ, SDMN ਨੂੰ ਦੇ ਕੇ ਆਵਾਂਗੇ। ਆਪਾਂ SDMN ਨੂੰ ਫੋਨ ਕੀਤਾ, SHO ਸਾਹਿਬ ਨੂੰ ਫੋਨ ਕੀਤਾ, SHO ਸਾਹਿਬ ਨੇ ਕੀ ਕੀਤਾ, ਉਹ ਇਹਨਾਂ ਦਾ ਇੱਕ ਉਹ ਹੈ ਕੁਛ ਕਸ਼ਮੀਰੀ ਲਾਲ ਜੀ ਐਕਸਿੰਗ ਸਾਹਿਬ, ਉਹਨੂੰ 10 ਵਾਰ ਹੁਣ ਫੋਨ ਨਹੀਂ ਚੱਕਦਾ, ਉਹਨੂੰ ਫੋਨ ਹੋਣੀ ਵੀ ਗੱਲ ਹੋਣੀ, ਮੇਰਾ ਫੋਨ ਚੱਕਣਾ। ਸਿਰਫ ਚੰਮਨ ਲਾਲ ਜੀ ਆਏ ਦੇ SDO ਸਾਹਿਬ, ਉਹਨੇ ਉਸ ਟਾਈਮ ਕੀਤਾ ਬਟਾਲਾ, ਕਸ਼ਮੀਰ ਸਿੰਘ ਜੀ ਆਏ, ਉਹਨੇ ਫੋਨ ਪਰ ਇਸ ਦੇ ਫਿਰ ਰੱਖੀ, ਫੋਨ ਹੀ ਕਰ ਦਿੱਤੇ ਕਿ ਨਾ ਗੱਲ ਨਹੀਂ ਕੀਤੀ ਉਹਨੇ, ਕੋਈ ਉਹਨੇ ਐਸਾ ਕੰਮ ਨਹੀਂ ਕੀਤਾ। ਚੰਮਨ ਲਾਲ ਜੀ ਨਾਲ 2-3 ਬੰਦੇ ਲੱਗੇ ਰਹੇ, ਕਸ਼ਮੀਰ ਲਾਲ ਜੀ ਨਾਲ ਸਾਡੀ ਗੱਲ ਵੀ ਨਹੀਂ ਹੋਈ। ਮੈਂ ਇਹ ਕਹਿੰਦਾ ਕਿ ਜਦੋਂ ਹੁਣ BBMB ਕੁਛ ਨਹੀਂ ਕਰਿਆ ਕਰਦੇ, ਹਾਂਜੀ ਜੀ, ਪਰ ਤੁਹਾਡੇ ਲੋਕ ਤਾਂ ਪਰੇਸ਼ਾਨ ਹੈ, ਪਰ ਬਹੁਤ ਪਰੇਸ਼ਾਨ ਜੀ। ਠੀਕ ਹੈ ਜੀ, ਕੌਂਸਲ ਵੱਲ ਤੋਂ ਕੀ ਕੀਤਾ ਜਾ ਸਕਦਾ ਬਾਰੇ? ਕੌਂਸਲ ਵੱਲ ਤਾਂ ਆਪਾਂ ਮਤਾ ਪਾ ਕੇ ਭੇਜਾਂਗੇ ਵੀ ਆਪਾਂ ਭੇਜੇ ਵੀ ਆ, ਸੰਜੇ ਸਾਹਨੀ ਨੇ ਬਕਾਇਦਾ, ਸਾਡੇ ਚੇਅਰਮੈਨ ਸਾਹਿਬ ਨੇ ਬਕਾਇਦਾ BBMB ਨੋਟਿਸ ਭੇਜਿਆ ਵੀ ਜਿਹੜਾ ਡੰਪ ਦਾ ਨੁਕਾ ਹੈ ਨਕਸ਼ ਨਾ ਕੀਤਾ ਜਾਵੇ, ਇਹਦਾ ਭਰਪਾਈ ਕੀਤੀ ਜਾਵੇ। ਸਾਡੇ ਪ੍ਰਧਾਨ ਜੀ ਨੇ ਕੀਤਾ ਜੀ, ਆਪਾਂ ਫਿਰ ਵੀ ਜੇ ਨਾ ਹੋਇਆ ਤਾਂ ਆਪਾਂ ਸਾਰੇ 3 MC ਹੈਗੇ ਸਾਡੇ, ਸਿੰਘ ਜੀ ਹੈ, ਬੀਨਾ ਜੀ ਹੈ, ਕਿਉਂਕਿ 3 ਵਾਰਡ ਪ੍ਰੋਬਲਮ ਹੈ, ਇਹ ਮੇਰੇ ਵਾਰਡ ਪਿੱਛੇ ਤਾਂ ਪ੍ਰੋਬਲਮ ਹੈ, ਆਪਾਂ ਲਿਖ ਕੇ ਦੇਵਾਂਗੇ BBMB ਡੰਪ ਸ਼ਿਫਟ ਕੀਤਾ ਜਾਵੇ ਇੱਥੇ ਦੇ, ਕਿਉਂਕਿ ਹਰ ਸਾਲ ਪ੍ਰੋਬਲਮ ਆਉਂਦੀ ਸਰ, ਕਿ ਅੱਜ ਨਹੀਂ ਜੇ ਅੱਜ ਕਰ ਦਿਓ ਅਗਲੇ ਸਾਲ ਫਿਰ ਪ੍ਰੋਬਲਮ ਆਉਣੀ ਹੈ। ਤੁਹਾਡਾ ਮਤਲਬ ਪੱਕਾ ਹੱਲ ਜਿਹੜਾ ਸ਼ਿਫਟ ਕਰਨ ਦਾ ਜੀ? ਸ਼ਿਫਟ ਕਰਨਾ ਜੀ, ਸ਼ਿਫਟ ਕਰਨ ਵਾਸਤੇ ਦੇਖੋ ਜੀ, ਆਪਾਂ ਭਾਵੇਂ ਸਾਨੂੰ ਧਰਨਾ ਲਾਉਣਾ, ਮੈਂ ਤਾਂ 7 ਪਿੰਡਾਂ ਦਾ ਵੀ ਗੱਲ ਕੀਤੀ, ਉਹ ਵੀ ਮਤਾ ਪਾ ਕੇ ਦੇ ਰਹੇ ਆਪਾਂ। ਦੱਸੋ ਜੀ ਸਰ, ਕਹਿਣਾ ਕਿਹਾ ਜੀ, ਤੂੰ ਅੱਜ 16-17 ਦਿਨਾਂ ਲਗਾਤਾਰ ਅੱਗ ਲੱਗੀ ਨਾ ਉੱਥੇ, ਠੀਕ ਹੈ, ਇੱਕ ਦਿਨ ਸਿਰਫ SDM ਸਾਹਿਬ ਵੀ ਆਏ, JEE ਸਾਹਿਬ ਵੀ ਆਏ, ਉਸ ਦਿਨ ਤਾਂ 5 ਬ੍ਰਿਗੇਡ ਪੂਰੀਆਂ ਆਈਆਂ, ਕਿਉਂ ਇਲੈਕਸ਼ਨ ਦਾ ਦੌਰ ਸੀਗਾ, ਬੜੇ ਬੜੇ ਨੇਤਾ ਆ ਰਹੇ ਸੀ, ਨੰਗਲ ਵਿਜ਼ਿਟ ਕਰ ਰਹੇ ਸੀਗੇ। ਹੁਣ ਮੇਰੀ ਗੱਲ ਸੁਣਾ, ਤੁਹਾਨੂੰ ਪਿੱਛੇ ਧੂੰਆਂ ਦਿਖਦਾ ਹੈ, ਕਿਸਾਨਾਂ ਦਾ ਲੱਗਿਆ ਵਾ ਧੂੰਆਂ ਦਿੱਲੀ ਤੱਕ ਪਹੁੰਚ ਜਾਂਦਾ, ਠੀਕ ਹੈ, ਆਹ ਕਾਹਤੋਂ ਨਹੀਂ ਕਿਤੇ ਪੁੱਛਦਾ, ਗੱਡੀ ਦੇ ਪੋਲਿਊਸ਼ਨ ਨਾਲ ਬਣਿਆ ਹੋਵੇ ਉਹਦਾ ਚਲਾਨ ਹੈ, 2000 ਦਾ ਚਲਾਨ ਹੈ, 5000 ਦਾ ਚਲਾਨ ਹੈ, 2000 ਦਾ ਚਲਾਨ ਹੈ, ਇਹਦਾ ਚਲਾਨ ਕਾਹਤੋਂ ਨਹੀਂ ਹੈ? ਇਹ ਕਿਸੇ ਨੂੰ ਤਾਂ ਹੁਣ ਅੱਗੇ ਹੋਣਾ ਹੀ ਪੈਣਾ ਜੀ, ਥੋੜ੍ਹਾ ਪਲਾਸਟਿਕ ਬੈਨ ਹੈ ਫਿਰ ਵੀ ਵਿਕ ਰਹੀ ਹੈ, ਕਮ ਸੇ ਕਮ ਸਹੀ ਜਗ੍ਹਾ ਡੰਪ ਤਾਂ ਕਰੋ। ਹੁਣ ਤੁਸੀਂ ਰਿਹਾਇਸ਼ੀ ਏਰੀਆ 'ਚ ਡੰਪ ਹੈ, ਹਵਾ ਚੱਲਦੀ ਹੈ, ਕਾਗਜ਼ ਉੱਡ ਕੇ ਨਹਿਰ 'ਚ ਹੈ, ਪਾਣੀ ਪੋਲਿਊਟਡ ਹੋ ਰਿਹਾ, ਬੂਟੇ ਦੇਖੋ ਕਿ ਸਾਰਾ ਬੂਟੇ ਜਲ ਕੇ ਰਾਖ ਹੋ ਗਏ। ਆ ਜੰਗਲਾਤ ਮਹਿਕਮੇ ਦੀ ਡਿਊਟੀ ਹੈ, ਇੱਕ ਕਿਸੇ ਕੋਈ ਖੁਆੜਾ, ਗਰੀਬ ਖੁਆੜਾ ਵੀ ਮਾਰ ਦੇਵੇ ਨਾ, ਆ ਕੇ ਖੁਆੜਾ ਦੂਰ ਦੀ ਗੱਲ ਹੈ, ਕੋਈ ਟਾਹਣੀ ਵੀ ਚੱਕ ਕੇ ਲੈ ਜੇ ਨਾ ਸੁੱਕੀ ਵੀ ਤੁਹਾਡੀ ਘੀ ਵੀ, ਉੱਥੇ ਪਰਚਾ ਦੇ ਦਿੰਦੇ, ਹੁਣ ਪਰਚਾ ਕਾਹਤੋਂ ਨਹੀਂ ਮੰਨਦਾ ਕਿਸੇ ਦੇ? ਫਿਰ ਦੱਸੋ ਅਜੇ ਜੀ ਕਿਆ ਕਹਿੰਦੇ ਸੀ? ਦੇਖੋ ਜੀ, ਇਹ ਪਿਛਲੇ 15-16 ਦਿਨ ਤੋਂ ਅੱਗ ਲੱਗੀ ਵੀ ਹੈ, ਸਾਰੀ ਏਅਰ ਪੋਲੂਟਡ ਹੈ, ਅਸੀਂ ਬਾਡਾ ਵਿੱਚ ਵੀ ਰਹਿੰਦੇ ਹਾਂ, ਨਾਲ ਸਾਡੇ ਪਿੰਡ ਮਾਣਕਪੁਰ ਪੱਟੀ ਮੇਘਪੁਰ ਹੈਗਾ ਹੈ, ਜਿੱਧਰ ਦੀ ਹਵਾ ਹੁੰਦੀ ਹੈ ਤਾਂ ਤੂੰ ਉੱਧਰ ਨੂੰ ਚੱਲ ਜਾਂਦਾ ਹੈ, ਪਰ ਪ੍ਰਸ਼ਾਸਨ ਵੱਲੋਂ ਕੋਈ ਦੇਖ ਰੇਖ ਨਹੀਂ ਹੈ, ਨਾ ਹੀ SDM ਮੈਡਮ ਇੱਥੇ ਦੇਖ ਰਹੇ ਹੈ, ਨਾ ਮਿਊਂਸੀਪਲ ਕਮੇਟੀ ਵਾਲੇ। ਇੱਕ ਦਿਨ ਆਏ ਸੀ BBMB ਵਾਲੇ, ਜਿਸ ਦਿਨ CM ਸਾਹਿਬ ਨਾਲ ਆਉਣਾ ਸੀ, ਉਹਦੇ ਇੱਕ ਦਿਨ ਪਹਿਲਾਂ ਹਲਚਲ ਹੋਈ ਹੈ, ਉਹਦੇ ਬਾਅਦ ਫਿਰ ਉਹੀ ਕੰਮ ਹੋ ਰਿਹਾ ਜੀ, ਸਾਰੇ ਰਾਤ ਨੂੰ ਉੱਥੇ ਪ੍ਰੋਬਲਮ ਹੈ, ਸਾਨੂੰ ਨਾ ਸੈਰ ਕਰ ਸਕਦੇ, ਨਾ ਅਸੀਂ ਬੈਠ ਸਕਦੇ, ਸਾਡੇ ਕਮਰੇ 'ਚ ਵੀ ਧੂੰਆਂ ਆ ਰਿਹਾ ਜੀ, ਅਸੀਂ ਬਹੁਤ ਪਰੇਸ਼ਾਨ ਹੈ। ਅਜੇ ਜੀ ਮੈਨੂੰ ਚੇਤਾ, ਤੁਸੀਂ ਪਿਛਲੇ 23 ਸਾਲਾਂ ਤੋਂ ਲਗਾਤਾਰ ਇਸ ਮਸਲੇ ਨੂੰ ਚੱਕਦੇ ਹੋ, ਪ੍ਰਸ਼ਾਸਨ ਤੱਕ ਉੱਪਰ ਵੀ ਆਵਾਜ਼ ਕਰਦੇ ਹੋ, ਕੋਈ ਕਾਰਵਾਈ?
ਨਹੀਂ 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 ਚਾਹੇ ਡੀ ਸੀ ਸਾਹਿਬ ਨੂੰ ਕੰਪਲੇਂਟ ਪਾ ਦਿਓ, ਚਾਹੇ ਐਸ ਡੀ ਐਮ ਸਾਹਿਬ ਨੂੰ, ਚਾਹੇ ਕੌਂਸਲ ਨੂੰ ਪਾ ਦਿਓ, ਚਾਹੇ ਵੀ ਕਹਿੰਦੇ ਜੋ ਕਰਨਾ ਕਰ ਲਓ, ਕੁਛ ਨਹੀਂ ਹੋਣਾ ਜੀ ਇੱਥੇ। ਇਹ ਜਿਹੜੀ ਸਾਡੀ ਐਪਲੀਕੇਸ਼ਨ ਆ ਜੀ, ਇਹ 6 ਮਹੀਨੇ ਸਾਲ ਬਾਅਦ ਰੱਦੀ 'ਚ ਵਿਕ ਜਾਂਦੀਆਂ, ਪਰ ਸਾਨੂੰ ਆਸ ਹੈ ਨਹੀਂ ਕਿਸੇ 'ਤੇ। ਤੁਹਾਡਾ ਕਹਿਣ ਦਾ ਮਤਲਬ ਕਿ ਜਿਹੜੀ ਐਪਲੀਕੇਸ਼ਨ ਤੁਸੀਂ ਉੱਥੇ ਦਿੰਦੇ ਆ ਉਹ ਕਿਤੇ ਨਾ ਕਿਤੇ ਅਸੀਂ ਕੂੜੇ ਢੇਰ 'ਚ ਆ ਕੇ ਅੱਗ ਲੱਗ ਜਾਂਦੀ ਉਹਨਾਂ ਨੂੰ, ਇੱਥੇ ਆ ਕੇ ਅੱਗ ਲੱਗਦੀ ਹੈ ਜੀ। ਹੁਣ ਤੁਸੀਂ ਕਿਆ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਮੈਂ ਤਾਂ ਆਰਟੀਏ ਵੀ ਪਾਈ ਸੀ, ਉਹਨੂੰ ਪੁੱਛਿਆ ਸੀ ਵੀ ਅਸੀਂ ਸਾਫ ਹਵਾ ਲੈਣ ਦੇ ਹੱਕਦਾਰ ਹੈਗੇ ਆ ਜਾਂ ਨਹੀਂ ਹੈ। ਉਹਨੇ 1 ਮਹੀਨੇ ਜਵਾਬ ਨਹੀਂ ਦਿੱਤਾ, ਦੁਬਾਰਾ ਫਿਰ ਰਿਮਾਈਂਡਰ ਲਾਇਆ, ਉਹਦੀ ਦੁਬਾਰਾ ਮਹੀਨੇ ਬਾਅਦ ਫਿਰ ਕਿਹਾ ਵੀ ਤੁਸੀਂ ਹੱਕਦਾਰ ਹੈਗੇ ਆ। ਪਰ ਪੰਜਾਬ ਪੋਲੂਸ਼ਨ ਬੋਰਡ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਨੰਗਲ ਵਿੱਚ ਜਿਹੜੇ ਕਰਮਚਾਰੀ ਲਗਾਏ ਹੋਏ ਆ, ਇੱਕ ਵਾਰੀ ਸਾਨੂੰ ਮਿਲਣ, ਵਿਜ਼ਿਟ ਕਰਨ, ਵਿਜ਼ਿਟ ਕਰਕੇ ਇਹ ਨਾ ਦੇਖਣ ਵੀ ਇੱਥੇ ਅੱਗ ਲੱਗੀ ਚੱਲ ਬੁਝਾਉਣ ਚਲ ਜਾਓ, ਸਾਨੂੰ ਮਿਲਣ ਆ ਕੇ। ਅਸੀਂ ਤਾਂ ਇਹ ਪ੍ਰਾਰਥਨਾ ਕਰਦੇ ਹਾਂ ਤੁਸੀਂ ਅੱਗ ਨਾ ਵੀ ਬੁਝਾਓ, ਫਿਰ ਇੱਕ ਵਾਰੀ ਸਾਨੂੰ ਮਿਲ ਲਓ, ਕਿਉਂਕਿ ਅਸੀਂ ਉਹਨਾਂ ਦੀ ਬਾਂਹ ਫੜ ਕੇ ਇੱਕ ਵਾਰੀ ਇੱਥੇ ਉਹਨਾਂ ਨੂੰ ਅੱਧਾ ਪੌਣਾ ਘੰਟਾ ਬਿਠਾਉਣਾ ਚਾਹੁੰਦੇ ਵੀ ਇੱਥੇ ਜਿਹੜੀ ਗੈਸਾਂ ਨਿਕਲਣੀ ਹੈ ਤੁਸੀਂ ਸੁੰਘ ਕੇ ਦੇਖੋ ਇੱਕ ਵਾਰੀ, ਇਹ ਸਾਰਾ ਪੋਲੂਟਡ ਹੈ ਜੀ, ਇਹਨਾਂ ਅਸਥਮੇ ਦੀ ਬਿਮਾਰੀ ਹੋਇਆ ਕਰਦੀ ਹੈ ਜੀ, ਲੋਕ ਇਨਹੇਲਰ ਲਿਆ ਕਰਦੇ, ਮੋਂਟੇਅਰ ਐਲ ਸੀ ਦੀ ਗੁੜੀਆਂ ਲਿਆ ਕਰਦੇ, ਰਾਤ ਨੂੰ ਤਾਂ ਸੌਂਦੇ ਆ, ਕਿਉਂਕਿ ਪ੍ਰਸ਼ਾਸਨ ਨਹੀਂ ਦੇਖਦਾ ਜੀ, ਸਾਰਾ ਪ੍ਰਸ਼ਾਸਨ ਹੀ ਕੇਅਰਲੈਸ ਹੈ। ਕੋਈ ਵੀ ਡਿਪਾਰਟਮੈਂਟ ਲੈ ਲਓ ਜੀ ਰਿਗਾਰਡਿੰਗ, ਪੰਜਾਬ ਪੋਲੂਸ਼ਨ ਵਾਲੇ ਨਹੀਂ ਪਤਾ ਲੱਗਦੇ ਕਿੱਧਰ ਬੈਠੇ ਆ, ਉਹ ਕਹਿੰਦੇ ਅਸੀਂ ਰੋਪੜ ਬੈਠੇ ਆ, ਰੋਪੜ ਤੱਕ ਤਾਂ ਧੂੰਆਂ ਪੁੱਜਣਾ ਨਹੀਂ ਹੈ ਜੀ। ਹੈਂ, ਐਸ ਡੀ ਐਮ ਸਾਹਿਬ ਨੂੰ ਤਾਂ ਅਸੀਂ ਬੇਨਤੀ ਕਰ ਸਕਦੇ ਵੀ ਅਸੀਂ ਐਪਲੀਕੇਸ਼ਨਾਂ ਦਿੰਦੇ, ਕੋਈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਇੱਥੇ। ਅਮਰਿੰਦਰ ਜੀ, ਜੀ ਦੱਸੋ ਕਿਆ ਪ੍ਰੋਬਲਮ ਹੈ ਜੀ? ਪ੍ਰੋਬਲਮ ਤੁਹਾਡੇ ਸਾਹਮਣੇ ਹੈ ਸਰ, ਜੀ ਬਸ ਪ੍ਰੋਬਲਮ ਤੁਹਾਡੇ ਸਾਹਮਣੇ ਹੈ, ਦੇਖੋ ਤੁਸੀਂ ਕਿੰਨਾ ਧੂੰਆਂ ਹੈ, ਕਿੰਨਾ ਪੋਲਿਊਸ਼ਨ ਹੈ, ਬੰਦੇ ਸੈਰ ਕਰਦੇ ਆ, ਉਹ ਹਟ ਕੇ ਸੈਰ ਕਰਨ ਤੋਂ ਸਵੇਰੇ ਸ਼ਾਮ ਦੀ, ਠੀਕ ਹੈ ਜੀ। ਤੁਹਾਡੇ ਮਾਣਯੋਗ ਹੈਗੇ ਜਿਹੜੇ ਸਾਡੇ MLA ਸਾਹਿਬ ਨੂੰ, ਮੇਰੇ ਬੇਨਤੀ ਹੈ ਕਿ ਤੁਸੀਂ ਸਿਰਫ 15 ਮਿੰਟ ਲਈ ਬੈਠਣਾ ਇੱਥੇ ਆ ਕੇ, ਆਪਣੇ ਕਰਮਚਾਰੀਆਂ ਨਾਲ, ਆਪਣੇ ਜੋ ਵੀ ਹੈਗੇ ਇਹਦੇ ਗਾਰਡ ਵਗੈਰਾ ਹੈਗੇ, ਸਿਰਫ 15 ਮਿੰਟ ਇੱਥੇ, ਜ਼ਿਆਦਾ ਮੈਂ ਬੋਲਣਾ ਨਹੀਂ ਹੈ, ਕਿਉਂਕਿ ਪਹਿਲਾਂ ਵੀ ਇਹਦੇ ਬਾਰੇ ਖਬਰਾਂ ਲੱਗ ਚੁੱਕੀਆਂ, ਸਰਪੰਚਾਂ ਦਾ ਕਿਹਾ ਸਿਰ ਮੱਥੇ ਤੁਰਨ ਵਾਲਾ, ਉੱਥੇ ਦਾ ਉੱਥੇ ਵਾਲਾ ਕੰਮ ਹੈ। ਸਰ, ਆਪਕਾ BBL ਜੀ ਕਾ ਜੋ ਕੂੜਾ ਡੰਪ ਹੈ MP ਕੋਠੀ ਕੇ ਪਾਸ, ਕਾਫੀ ਦਿਨ ਸੇ ਆਗ ਲੱਗੀ, ਆਪ ਉਸਕਾ ਜਾਇਜ਼ਾ ਲੈਣੇ ਆਏ, ਕਿਆ ਅਸਰ ਲੱਗ ਰਿਹਾ ਹੈ ਆਪਕੋ? ਹਾਂ, ਹਮੇ ਕੁਛ ਕੰਪਲੇਂਟ ਮਿਲਾ ਹੈ ਕਿ ਡੰਪ ਯਾਰਡ ਮੈਂ ਥੋੜਾ ਸਾ ਆਗ ਪਕੜਾ ਹੁਆ ਹੈ, ਠੀਕ ਹੈ। ਹਮ ਮੌਕੇ ਪਰ ਆਏ ਤੋ ਮੌਕੇ ਪਰ ਪਾਇਆ ਕਿ ਜੋ ਫਾਇਰ ਅੰਡਰ ਕੰਟਰੋਲ ਹੈ, ਤੋ ਮੌਕੇ ਪਰ ਮੇਰੇ ਐਕਸ਼ਨ ਸਾਹਿਬ ਮਿਸਟਰ ਪਾਰਸ, ਐਸ ਡੀ ਓ ਚਮਨ ਜੀ, ਤੋ ਇਹ ਆਪਣੇ ਕਾਰਿਆ ਪੇ ਲੱਗੇ ਹੋਏ ਥੇ, ਜੋ ਥੋੜ੍ਹਾ ਬਹੁਤ ਕਹੀਂ ਫਾਇਰ ਕਾ ਥੋੜ੍ਹਾ ਥੋੜ੍ਹਾ ਸਮੋਕ ਨਿਕਲ ਰਿਹਾ ਥਾ, ਧੂੰਆਂ ਆ ਰਿਹਾ ਥਾ, ਉਹ ਵੀ ਅੰਡਰ ਕੰਟਰੋਲ ਹੈ। ਤੋ ਜੇ ਸੀ ਬੀ ਡੰਪਰ ਜੋ ਹਮਨੇ ਡੰਪਿੰਗ ਯਾਰਡ ਪੇ ਕੂੜਾ ਪਲਟਾਨੇ ਕੇ ਲੀਏ ਵੀ ਲਗਾਈ ਹੋਤੀ ਹੈ, ਹੈ ਨਾ, ਅਗਰ ਕਹੀਂ ਆਗ ਨੀਚੇ ਪੋਲੀਥੀਨ ਮੇ ਰਹਿ ਜਾਏ, ਕੁਛ ਰਹਿ ਜਾਏ, ਤੋ ਹਮ ਪਲਟ ਪਲਟ ਕੇ ਆਗ ਲਗਾਤੇ ਹੈ। ਉਸਕੇ ਸਾਥ ਸਾਥ ਹਮਨੇ ਕਿਆ ਕੀਆ, ਅਗਰ ਫਾਇਰ ਟੈਂਡਰ ਮੇ ਕਈ ਵਾਰ ਕਿਆ ਹੋਤਾ ਹੈ, ਪਾਣੀ ਫਿਲ ਅਪ ਕਰਨੇ ਕੇ ਲੀਏ ਜਾਣਾ ਪੜਤਾ ਹੈ, ਤੋ ਹਮਨੇ ਪੰਪਿੰਗ ਲਗਾ ਕੇ ਆਪਣੇ ਕੈਨਾਲ ਸੇ ਵੀ ਪਾਣੀ ਉਠਾ ਉਠਾ ਕੇ ਮਾਰਤੇ ਬੀਚ ਬੀਚ ਮੇ ਜਬ ਜ਼ਿਆਦਾ ਜ਼ਰੂਰਤ ਪੜਤੀ ਹੈ। ਇਸ ਹਿਸਾਬ ਸੇ ਤੋ ਆਜ ਕੇ ਡੇਟ ਮੇ ਕੰਟਰੋਲ ਹੈ, ਤੋ ਆਗੇ ਫਰਦਰ ਕਭੀ ਐਸਾ ਇੰਸੀਡੈਂਟ ਆਤਾ ਹੈ ਤੋ ਹਮ ਭਰਪੂਰ ਕੋਸ਼ਿਸ਼ ਕਰਦੇ ਹੈਂ। ਦੇਸ਼ ਵਿਦੇਸ਼ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬੀ ਸਟੇਸ਼ਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਫੇਸਬੁੱਕ ਅਤੇ ਇੰਸਟਾਗ੍ਰਾਮ ਉਪਭੋਗਤਾ ਸਾਡੇ ਪੇਜ ਨੂੰ ਲਾਈਕ ਅਤੇ ਫੋਲੋ ਕਰੋ। ਪੰਜਾਬੀ ਸਟੇਸ਼ਨ ਚੈਨਲ ਨੂੰ ਪੱਤਰਕਾਰਾਂ ਦੀ ਜ਼ਰੂਰਤ ਹੈ, ਚਾਹਵਾਨ ਸੰਪਰਕ ਕਰੋ। ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸਾਡੀ ਈਮੇਲ ਅਤੇ ਸਾਡੇ ਨੰਬਰ 9417574552 'ਤੇ ਸੰਪਰਕ ਕਰੋ। ਧੰਨਵਾਦ।